بسم اللہ الرحمن الرحیم میں ਤੁਹਾਡਾ دوست ਤੁਹਾਡਾ ਭਰਾ وسیم ਤੇ ਤੁਸੀਂ ਦੇਖਦੇ ਹੋ ਪਏ ਤੁਹਾਡਾ ਆਪਣਾ ਚੈਨਲ ਇਹ ਜੇ ਕੇ ਐਨੀਮਲ ਟੀਵੀ ਤੇ ਅੱਜ ਜਨਾਬ ਅਸੀਂ ਇੱਕ ਨਵੀਂ ਵੀਡੀਓ ਨਾਲ ਹਾਜ਼ਰ ਹੋਏ ਆ ਇੱਕ ਵਾਰੀ ਫੇਰ ਜ਼ੋਰ ਸਾਹਿਬ ਦੇ ਡੇਰੇ ਤੇ ਜਨਾਬ ਆਏ ਆ ਉਹਨਾਂ ਕੀ ਮੱਝਾਂ ਛੱਜਨ ਬੜਾ ਸ਼ੌਕ ਹੈ ਤੇ ਉਹਨਾਂ ਕੋਲ ਜਨਾਬ ਮੱਝਾਂ ਦੇ ਬਾਰੇ ਮਾਲੂਮਾਤ ਹਾਸਲ ਕਰਨੇ ਆ ਤੇ ਅਸੀਂ ਦਰਹਾਸਤ ਕਰਾਂਗੇ ਵੀਡੀਓ ਸ਼ੁਰੂ ਹੋਣ ਦੇ ਪਹਿਲਾਂ ਕਿ ਸਾਡੇ ਜਿਹੜੇ ਨਵੇਂ ਆਉਣੇ ਨਾਜ਼ਰੀਨ बराय मेहरबानी साजे चैनल के सबसक्राइब करो बैल आइकन की जरूर दबाना तो दबा कमेंट जरूर करना है ताकि अं मजीद बेहतर तो बेहतर वीडियो बना सकी एक और दरखास्त करा कि बराय मेहरबानी वीडियो की लास्ट तक देखा करो तो जहूर साहब को पुछने कि इना मर्जा ने खूसियात इन्हों आमदन बारे ना पूछने असलाकुम ਵਾਲੇਕੁਮ ਸਲਾਮ ਜੀ ਜਰਾ ਸਾਬ ਸੁਣਾਓ ਸੇ ਸੇ ਠੀਕ ਹੈ ਜੀ ਅੱਲਾ ਪਾਕ ਦਾ ਕਰਮ ਹੈ ਸ਼ੁਕਰ ਅੱਲਾ ਪਾਕ ਦਾ ਅੱਛਾ ਮੈਨੂੰ ਇਹ ਗੱਲ ਦੱਸੋ ਵੀ ਇਹ ਮਾਸ਼ਾਅੱਲਾ ਸਾਹਿਬ ਡੰਗਰ ਰੱਖੇ ਨੇ ਤੇ ਕਿੰਨਾ ਅਰਸਾ ਹੋ ਗਿਆ ਸੀ ਜਾਨਵਰ ਰੱਖੇ ਆ ਜੀ ਭਾਈ ਸਾਹਿਬ ਇਹ ਵੈਸੇ ਨਿੱਕੇ ਹਣ ਤੁਸੀਂ ਛੋਟੇ ਹੋਣੇ ਸੀ ਤਾਂ ਰੱਖੇ ਸੀ ਤੇ ਇਹ ਮਾਰਾ ਸ਼ੌਕ ਹੀ ਸਮਝ ਲਓ ਸਾਨੂੰ ਅੱਛਾ ਜਾਨੀ ਸਾਡੇ ਬਾਰੇ ਸਾਹਿਬ ਵੀ ਰੱਖੇ ਸੀ ਅੱਛਾ ਸਾਹਿਬ ਵੀ ਰੱਖੇ ਅੱਛਾ ਮੈਨੂੰ ਦੱਸੋ ਵੀ ਕੀ ਸਮਝਦੇ ਹੋ ਇਹਨਾਂ 'ਚ ਫਾਇਦਾ ਹੈ ਨੁਕਸਾਨ ਹੈ ਜੀ ਭਾਈ ਸਾਹਿਬ ਫਾਇਦਾ ਹੀ ਫਾਇਦਾ ਹੈ ਨੁਕਸਾਨ ਕੋਣ ਬਰਦਾਸ਼ਤ ਕਰਨੇ ਆਜੀ ਗੱਲ ਫਾਇਦਾ ਜੇ ਰੱਖੇ ਜਨਾਬ ਜ਼ੈਰੀ ਗੱਲ ਸੋਹਣੀ ਗੱਲ ਹੈ ਤੇ ਇੱਕ ਮੁਸ਼ਕਲ ਸਵਾਲ ਹੈ ਮੈਨੂੰ ਦੱਸੋ ਬਈ ਇੱਕ ਮੱਝ ਹੈ ਜਿਹੜੀ ਉਸ ਦਾ ਰੋਜ਼ ਦਾ ਕਿੰਨਾ ਖਰਚਾ ਹੈ ਤੇ ਕਿੰਨੀ ਆਮਦਨ ਹੈ ਜੀ ਜਨਾਬ ਜੇ ਬੰਦੇ ਨਾ ਪੱਠਾ ਦਿੱਤਾ ਘਰ ਦਾ ਹੋਇਆ ਵੰਡਾ ਛੰਡਾ ਘਰ ਦਾ ਹੋਇਆ ਯਾਨੀ ਮੈਂ ਦੇਸੀ ਵੰਡਾ ਇਸਤੇਮਾਲ ਕਰ ਰਿਹਾ ਕਣਕ ਬਾਜਰਾ ਤੁਸੀਂ ਖਲ استعمال ਨਹੀਂ ਕਰ ਰਹੇ ਖਲ ਲੈ ਗਾਉਣਾ ਲੇਕਿਨ ਥੋੜੀ ਇਸਤੇਮਾਲ ਕਰਨਾ ਥੋੜੀ ਬਿਲਕੁਲ ਤੇ ਸਾਨੂੰ ਉਹੀ ਬਚੇ ਦਾ ਤੇ ਵੈਸੇ ਤੁਸੀਂ ਅੰਦਾਜ਼ਾ ਕਰ ਲੈਣੇ ਜੇ ਇੱਕ ਮੱਝ ਦਾ 25 30 40 ਹਜ਼ਾਰ ਦੁੱਧ ਵਿਕਣਾ ਤਕਰੀਬਨ ਤੇ ਉਹਦਾ ਖਰਚਾ ਵੀ 5000 8000 12000 ਇਤਨੀ ਇੱਕ ਮੱਝ ਦਾ ਯਾਨੀ ਹੋ ਜਾਣਾ ਮਹੀਨੇ ਦਾ ਤੇ ਮੈਨੂੰ ਅਲਹਮਦੁਲਿਲਾ ਪੱਠਾ ਆਪਣੇ ਮੁਲਾਜ਼ਮ ਨਹੀਂ ਰੱਖੇ ਮੈਂ ਆ ਵੀ ਮਿਹਨਤ ਕਰਨਾ ਤੇ ਪਹਿਲਾਂ ਮੱਝਾਂ ਮੈਂ ਰੱਖੀਆਂ ਸੀ ਤਕਰੀਬਨ 10 12 ਮੱਝਾਂ ਸੀ ਮੇਰੇ ਕੋਲ ਫਿਰ ਮੈਂ ਸੋਧੀਆ ਜਲਾ ਗਿਆ ਉਹ ਵੇਚ ਦਿੱਤੀਆਂ ਸੀ ਤੇ ਹੁਣ ਮੈਂ ਵਾਪਸ ਆਏ ਆ ਤੇ ਇਨਸ਼ਾਅੱਲਾ ਫਿਰ ਲਾ ਦੋ ਮੱਝਾਂ ਇਨਸ਼ਾਅੱਲਾ ਗੂੰ ਮੇਰਾ ਜ਼ਿਹਨ ਹੈ ਕਹਿ ਰਿਹਾ ਕਿ ਫਿਰ ਮੈਂ ਇਹ ਕੰਮ ਸ਼ੁਰੂ ਕਰਾਂ ਅੱਛਾ ਮੈਨੂੰ ਇਹ ਗੱਲ ਦੱਸੋ ਵੀ ਤੁਸੀਂ ਜਨਾਬ ਇਹ ਦੇਸੀ ਵੰਡਾ ਵਗੈਰਾ ਤੁਹਾਨੂੰ ਦੱਸਿਆ ਕਿ ਅਸੀਂ ਦੇਸੀ ਵੰਡਾ ਇਸਤੇਮਾਲ ਕਰਨੇ ਆ ਤੇ ਖਲ ਜਿਹੜੀ ਘੱਟ ਇਸਤੇਮਾਲ ਕਰਨੇ ਆ ਦੇਸੀ ਵੰਡਾ ਤੇ ਇਹ ਮੈਨੂੰ ਦੱਸੋ ਵੀ ਫਾਇਦਾ ਕਿਸ ਵਿੱਚ ਹੈ ਜ਼ਿਆਦਾ ਜਿਹੜੇ ਦੁੱਧ ਦੀ ਪੈਦਾਵਾਰ ਹੈ ਉਹ ਦੇਸੀ ਵੰਡੇ ਨਾਲ ਜ਼ਿਆਦਾ ਜਾਂ ਖਲ ਨਾਲ ਜ਼ਿਆਦਾ ਨਹੀਂ ਜਨਾਬ ਮੈਂ ਸੀ ਪਹਿਲਾਂ ਖਲ ਪਾਣੇ ਸੀ ਲੇਕਿਨ ਉਹ ਹੀ ਰੁਟੀਨ ਸੀ ਉਹ ਮਹਿੰਗਾ ਬੇਸ਼ਮਰ ਪੈ ਜਾਂਦਾ ਸੀ ਯਾਨੀ ਖਲ ਖਲ ਜਿਹੜੀ ਕਿਉਂਕਿ 2500 3000 ਬੋਰੀ ਹੈ ਖਲ ਦੀ ਤੇ ਇੱਕ ਮਾਈ ਡਿਗਰੀ ਮੈਂ 4 5 6 ਬੋਰੀਆਂ ਖਾਜ ਨਹੀਂ ਮੈਨੇਜ ਮਤਲਬ ਇਹ ਚੰਗਾ ਦੁੱਧ ਦੇਣ ਲਈ ਮੱਝ ਆ ਉਹ 6 ਬੋਰੀਆਂ ਦੁੱਧ ਜੜੀ ਆ ਉਹ ਖਲ ਖਾ ਜਾਂਦੀ ਲੱਗੇ ਨੇ ਕਈ ਬੰਦੇ ਫਿਰੇ ਕਿ ਦੋ ਦੋ ਬੋਰੀਆਂ ਨੇ ਗੁਜ਼ਾਰਾ ਕਰਨਾ ਜਿਹੜੇ ਲੇਕਿਨ ਇਹ ਕਿ ਇਹਨਾਂ ਨੂੰ ਖਰਾਕ ਹੋਵੇ ਦੇਣਾ ਯਾਨੀ ਜਿੰਨੀ ਤੁਸੀਂ ਸੇਵਾ ਕਰੋਗੇ ਇਤਨੀ ਤੁਹਾਨੂੰ ਫਿਰ ਦੇਣਗੇ ਦੁੱਧ ਵੀ ਤੁਹਾਨੂੰ ਦੇਣਗੇ ਤੇ ਮੈਂ ਨੇ ਘਾਹ ਦੀ ਕਰਨੇ ਕਿ ਮਾਸ਼ਾਅੱਲਾ ਤਲਾਈ ਹੈ ਬਾਜਰਾ ਦਲਾਇਆ ਮੱਕ ਮੂਲੀ ਲਾਮੀ ਨੇ ਤੇ ਓਏ ਕੋਈ ਨਾ ਬੰਡਾ ਤੇ ਦੁੱਧ ਦਾ ਰੇਟ ਕੀ ਹੈ ਜਨਾਬ ਇੱਧਰ ਜਨਾਬ ਦੁੱਧ ਦਾ ਰੇਟ 110 ਰੁਪਏ ਤੇ 120 ਵੀ ਹੈ ਮਤਲਬ 110 ਵੀ ਹੈ ਤੇ 120 ਵੀ ਹੈ ਜੀ ਜੀ ਤੇ ਸਾਢੇ ਗਰਾਹ ਯਾਨੀ ਗਰਾਹ ਦਾ ਰੇਟ ਦੱਸ ਰਿਹਾ ਮੈਂ ਜਿਆਦਾ ਵੈਸੇ 120 ਦੇ ਰਿਹਾ ਤੇ ਮਾਹਰਾ ਦੁੱਧ ਵੀ ਅਚਾਨ ਹੈ ਤੇ ਕੇ ਸਮਝਦੇ ਹੋ ਵੀ ਦੁੱਧ ਜਿਹੜਾ ਉਹ 120 ਰੁਪਏ ਜਾਂ 110 ਰੁਪਏ ਹੈ ਤੇ ਤੇ ਉਹ ਤਾਂ ਜਨਾਬ ਹੋ ਗਿਆ ਰੇਟ ਤੇ ਮੈਨੂੰ ਇਹ ਦੱਸੋ ਵੀ ਬਾਕੀ ਜਿਹੜਾ ਮੱਕ ਜੀ ਉਹ ਕਿਸ ਤਰ੍ਹਾਂ ਮੰਨ ਲਿਆ ਕੰਦੇ ਹੋ ਜਨਾਬ ਇਹ ਮੱਕ ਇਥੇ ਮੋਸਤ ਲਿਵ ਰੇਟ ਨੇ ਵੈਸੇ ਜਿਹੜਾ ਸੀਜ਼ਨ ਹੁੰਦਾ ਹੈ ਜਿਸ ਟਾਈਮ ਮੱਕ ਦੀ ਕਟਾਈ ਹੁੰਦਾ ਹੈ ਉਸ ਟਾਈਮ ਮੱਕ ਲੱਭ ਜਾਨੀ 1200 1300 ਦੇ ਮਾਨ ਲੇਕਿਨ ਅੱਜ ਕੱਲ ਜਿਹੜੇ ਦਿਹਾੜੇ ਨੂੰ ਬੀਜ ਬਿਜਾਈ ਦੇ ਦਿਹਾੜੇ ਜਾਨੀ ਤੇ ਅੱਜ ਕੱਲ ਵੈਸੇ 2500 ਦੀ ਮਿਲ ਰਹੀ ਹੈ ਉਹ ਵੀ ਬਹੁਤ ਮੁਸ਼ਕਲ ਹੈ ਅੱਛਾ ਮੈਨੂੰ ਇਹ ਗੱਲ ਸੋ ਵੀ ਗਾਵਾਂ ਜਿਹੜੀਆਂ ਗਾਵਾਂ ਉਤੇ 18 18 ਕਿਲੋ 22 ਕਿਲੋ 5 5 ਕਿਲੋ ਦੁੱਧ ਦੇਣੀ ਹੈ ਤੇ ਤੁਸੀਂ ਕਹੇ ਸਮਝਦੇ ਹੋ ਕਿ ਉਹਨਾਂ ਜ਼ਿਆਦਾ ਪ੍ਰੋਫਿਟ ਨਹੀਂ ਹੈ ਜਨਾਬ ਪ੍ਰੋਫਿਟ ਤਾਂ ਹੈ ਬਿਲਕੁਲ ਹੈ ਜੇ ਅਗਰ ਤੁਹਾਡਾ ਦੁੱਧ ਵਿਕਿਆ ਜਾਣੇ ਕਿਉਂਕਿ ਗਾਵਾਂ ਦੋ ਜਿਸ ਜ਼ਿਆਦਾ ਹੋਵੇਗਾ ਉਹ ਲੇਕਿਨ ਪਤਲਾ ਹੋਵੇਗਾ ਯਾਨੀ ਤੁਸੀਂ ਕਿਸੇ ਬਾਹਰ ਕਸਟਮਰ ਨੂੰ ਦਿਓਗੇ ਉਹ ਇੱਕ ਆਖੇਗਾ ਪਾਣੀ ਇਸਤੇਮਾਲ ਕਰਨੇ ਉਹ ਪਰਲੀ ਮਾਝ ਦੇ ਕਰੀਬਨ 10 ਕਿਲੋ ਦੁੱਧ ਹਲਾ ਇਸ ਤਰ੍ਹਾਂ ਹੈ ਅੱਛਾ ਐ ਸਮਝ ਤਲਾ ਜਨਾਬ ਮਾਸ਼ਾਅੱਲਾ 10 ਕਿਲੋ ਦੁੱਧ ਹੈ ਅੱਛਾ ਜੀ ਇਸ ਮੱਝੀ ਥੱਲੇ ਜਨਾਬ 10 ਕਿਲੋ ਦੁੱਧ ਹੈ ਜੀ ਮਾਸ਼ਾਅੱਲਾ ਹੁਣ ਮਾਰਾ ਚਾਹਾਂ 5 ਮਹੀਨਿਆਂ ਦੀ ਸੂਈ ਹੈ ਤੇ ਹੁਣ ਚਾਹਾਂ 5 ਮਹੀਨਿਆਂ ਦੀ ਸੂਈ ਹੈ ਬਣੀ ਕੋਈ ਨਹੀਂ ਤੇ ਇਨਸ਼ਾਅੱਲਾ ਅਗੂ ਸੀਜ਼ਨ ਆ ਗਿਆ ਸਾਹਮਣੇ ਮਹੀਨੇ ਬਣ ਜੇਗੀ ਇਨਸ਼ਾਅੱਲਾ ਕਾਸ਼ਾ ਪਾਂਗੇ ਤੇ ਬਣ ਜੇਗੀ ਇਨਸ਼ਾਅੱਲਾ ਅੱਛਾ ਤੁਸਾਂ ਦਾ ਕਹਿਣ ਦਾ ਮਕਸਦ ਇਹ ਹੈ ਵੀ ਗਾਵਾਂ ਦੁੱਧ ਜ਼ਿਆਦਾ ਦੇਣੀਆਂ ਲੇਕਿਨ ਗਾਵਾਂ ਦਾ ਦੁੱਧ ਜਿਹੜਾ ਉਹ ਵੇਚਣਾ ਮੁਸ਼ਕਲ ਬਣ ਜਾਂਦਾ ਮਾਰਕੀਟ ਵਿੱਚ ਮੁਸ਼ਕਲ ਬਣ ਜਾਂਦਾ ਤੇ ਮੱਝਾਂ ਦਾ ਜਿਹੜਾ ਉਹ ਈਜ਼ੀ ਜਿਹੜਾ ਉਹ ਮੱਝਾਂ ਨਾਲ ਲੋਕ ਜ਼ਿਆਦਾ ਇਸਤੇਮਾਲ ਕਰਨੇ ਤੋ ਇਜ਼ੀ ਵਿਗ ਜਾਨਾ ਯਾਨੀ ਲੋਕ ਦੂਰ ਦੂਰ ਲੈਣਾ ਉਹਨੇ ਅੱਛਾ ਇਹ ਈ ਮਾਸ਼ੱਲਾ ਮੱਝ ਜੀ ਇਹ ਮੱਝ ਮੈਂ ਮਾਸ਼ੱਲਾ ਪਿਛਲੇ ਸਾਲ ਲੈਂਦੀ ਸੀ 2 ਲੱਖ ਦੀ 2 ਲੱਖ ਦੀ ਚੋ 5 ਮਹੀਨੇ ਦੀ ਸੀ ਸੀ ਲੈ ਗਿਨ ਮਾਸ਼ੱਲਾ ਬੜੀ ਨਸਲੀ ਮੱਝ ਹੈ ਜੀ ਬੜਾ ਦੁੱਧ ਦੇਸਣ ਲੈ ਅੱਛਾ ਜਿਹੜੇ ਸਾਡੇ ਨਾਜ਼ਰੀਨ ਉਹ ਉਹਨਾਂ ਵਸ ਜਨਾ ਕੋ ਮਸ਼ਵਰਾ ਦਿਓ ਭਈ ਉਹ ਜਿਹੜੇ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਨੇ ਉਹ ਕਿਸ ਕਿਸਮ ਦੇ ਡੰਗਰ ਲੈਵਣ ਜਿਹੜੇ ਜ਼ਿਆਦਾ ਦੁੱਧ ਦੇਣ ਤੇ ਕਿਹੜੀ ਨਸਲ ਦਾ ਡੰਗਰ ਲੈਵਣ ਤੇ ਦੂਸਰੀ ਗੱਲ ਹੈ ਕਿ ਉਹ ਕਿਤਨੇ ਜਾਨਵਾਰਾਂ ਤੋਂ ਸ਼ੁਰੂ ਕਰਨ ਕਿਤਨਾ سرمਾਇਆ ਜਿਹੜਾ ਉਹਨਾਂ ਕੋਲ ਹੋਵਤ ਹੈ ਜਗ੍ਹਾ ਕਿਤਨੀ ਹੋਵੇ ਤੇ ਉਹ ਅਫੋਰਡ ਕਰ ਸਕਦੇ ਨੇ ਮਤਲਬ ਆਪਣਾ ਬਿਜ਼ਨਸ ਚਲਾ ਸਕਦੇ ਨੇ ਜਨਾਬ ਪਹਿਲਾਂ ਤਾਂ ਜ਼ਮੀਨ ਆਪਣੀ ਹੋਣੀ ਚਾਹੀਦੀ ਨਹੀਂ ਹੈ ਤਾਂ ਵੈਸੇ ਸਾਡਾ ਏਰੀਆ ਕਸ਼ਮੀਰ ਦਾ ਏਰੀਆ ਹੈ ਪੰਜਾਬ ਬਰੇ ਏਰੀਆ ਜ ਸਾਡੇ ਕਸ਼ਮੀਰ ਏਰੀਆ ਜ ਬੜਾ ਫਰਕ ਹੈ ਤੇ ਉੱਥੇ ਦਾ ਮਾਲ ਦੇਖਾ ਕਿ ਇਤਨੀ ਉਹ ਚੀਜ਼ ਨਹੀਂ ਦਿਖਾਉਂਦੇ ਜਿਹੜੀ ਉੱਥਾਂ ਨਹੀਂ ਹੈ ਕਿਉਂਕਿ ਉੱਥੇ ਪੱਠਾ ਦਿੱਤਾ ਜ਼ਮੀਨ ਜ ਬੜਾ ਫਰਕ ਹੈ ਇਹ ਮੈਦਾਨੀ ਇਲਾਕਾ ਯਾਨੀ ਪਹਾੜੀ ਇਲਾਕਾ ਥੋੜਾ ਬਹੁਤ ਵਿੱਚ ਤੇ ਜ਼ਮੀਨ ਵੀ ਉਸ ਤਰ੍ਹਾਂ ਦੀ ਨਹੀਂ ਹੈ ਨੇ ਜੇ ਸਾਡੋ ਗੱਲ ਠੀਕ ਹੈ ਲੇਕਿਨ ਜੇ ਸਾਡੇ ਨਾਜ਼ਰੀਨ ਮੌਸਮ ਨਹੀਂ ਬੜੀ ਹੁੰਨੀ ਆ ਨੇ ਮੌਸਮ ਦਾ ਬੜਾ ਰੋਲ ਹੈ ਵੀ ਜਿੱਦੇ ਤੇ ਇਹ ਮਾਝੇ ਦਰ ਪੰਜਾਬ ਵਰਾਈ ਹੈ ਲੇਕਿਨ ਮੈਂ ਸਿੱਧੇ ਬੜੀ ਮੈਨ ਨਹੀਂ ਕੀਤੀ ਹੈ ਮਾਸ਼ਾ ਅੱਲਾਹ ਚਾਰ ਪੰਜ ਦਫਾ ਨਹਾਲ ਨਹੀਂ ਪੈਣੀ ਕਿਉਂਕਿ ਇਤਨ ਜ਼ਿਆਦਾ ਗਰਮੀ ਪੈਣੀ ਹੈ ਇਸ ਏਰੀਆ ਜ਼ਿਆਦਾ ਗਰਮੀ ਪੈਣੀ ਉਹ ਮਾਝ ਇਸ ਏਰੀਆ ਦੀ ਤੋਂ ਮਾਸ਼ਾ ਅੱਲਾਹ ਠੀਕ ਹੈ ਮਾਝ ਬਰਦਾਸ਼ਤ ਕਰ ਲੈਣੀ ਹੈ ਤਾਂ ਵੈਸੇ ਜਿਹੜਾ ਕੋਈ ਬੰਦਾ ਅਗਰ ਸ਼ੁਰੂ ਕਰਨਾ ਚਾਹਣਾ ਕੰਮ ਦਾ ਬਹੁਤ ਅੱਛਾ ਵੈਸੇ ਬੰਦਾ ਹੈ ਕਿ ਜਿੱਦਾਂ ਦਾ ਆਪ ਨਹੀਂ ਮਨੰਦ ਕਰਨਾ ਇਸਨੇ ਤਾਂ ਕਿ ਨਿਜ਼ਾਮ ਨਹੀਂ ਚੱਲ ਸਕਣਾ ਜੇ ਮੈਂ ਆਖਾਂ ਜੀ ਮੈਂ ਜੀ ਕਿ ਸੂਟ ਚੰਗਾ ਆ ਪਾ ਗਾ ਫਿਰਨਾ ਰਹਾ ਮੁਲਾਜ਼ਮ ਰੱਖ ਲੈ ਨਿਜ਼ਾਮ ਨਹੀਂ ਚੱਲ ਸਕਣਾ ਮੁਲਾਜ਼ਮ ਕੋਈ ਵੀ ਹਰ ਬੰਦਾ ਨਹੀਂ ਮਖਲਿਸ ਹੋ ਕੇ ਕੰਮ ਕਰਨਾ ਤੇ ਨਹੀਂ ਕਿਤਨੇ ਕਿਤਨੇ ਜਾਨਵਰਾਂ ਤੋਂ ਨਾਜ਼ਰੀਂ ਜੇ ਸਾਡੇ ਸ਼ੁਰੂ ਕਰਨਾ ਚਾਹੇ ਕਿਤਨੇ ਸ਼ੁਰੂ ਕਰਨਾ ਜਾਂਦਾ ਪੰਜ ਛੇ ਡੰਗੇ ਰੱਖ ਲੈ ਪਹਿਲਾ ਸ਼ੁਰੂ ਤੋਂ ਮਤਲਬ ਪਹਿਲਾਂ ਥੋੜੇ ਤੋਂ ਸ਼ੁਰੂ ਕਰ ਥੋੜੇ ਤੋਂ ਸ਼ੁਰੂ ਫਿਰ ਆਸਾ ਆਸਾ ਤਜਰਬਾ ਕਰਨਾ ਜਾ ਕਿਉਂਕਿ ਇਹਨਾਂ ਨੂੰ ਬੜੀ ਟ੍ਰੀਟਮੈਂਟ ਕਰਾਣੀ ਪੈਣੀ ਹੈ ਬਿਮਾਰੀਆਂ ਅਟੈਕ ਕਰਨ ਲਾ ਪੈਣੀਆਂ ਤੇ ਇਹ ਬੜੇ ਨੇ ਰੋਲੇ ਹੋਣੇ ਇਹਨਾਂ ਜਾਨਵਰਾਂ ਦੇ ਤੇ ਕਿਹ ਜਾਨਵਰ ਸੂਕੇ ਬੰਡੇ ਨਹੀਂ ਹੈ ਤੇ ਇਹ ਵੀ ਬੜੀ ਘੋਨੀ ਹੈ ਅੱਛਾ ਮੈਨੂੰ ਇਹ ਦੱਸੋ ਕਿ ਮਾਸ਼ਾਅੱਲਾ ਇਹ ਜਿਹੜੀ ਮੱਝ ਹੈ ਜੀ ਜੀ ਇਹ ਤੁਸਾਂ 2 ਲੱਖ ਦੀ ਆਂਦੀ ਹੈ ਜੀ ਇਹ ਪੰਜਾਂ ਮਹੀਨੇ ਦੀ ਸੂਈ ਸੀ 2 ਲੱਖ ਰੀ ਲੈਂਦੀ ਸੀ ਮੋਰ ਕਟਾ ਸੀ ਇਸ ਵਾਰ ਮਗਰ ਇਹ ਤੁਹਾਨੂੰ ਦੁੱਧ ਕਿੰਨਾ ਇਸਰਾ ਜੀ ਮੈਂ ਉਸ ਟਾਈਮ ਪੰਜਾਂ ਮਹੀਨੇ ਸੂਈ ਤਕਰੀਬਨ ਉਹਨਾਂ ਮਹੀਨੇ 10 10 ਕਿਲੋ ਦਸਿਆ ਸੀ ਮਾਲਕਾਂ ਇਹ ਪਿਛਲੇ ਸਾਲ ਜਿੱਠੀ ਲੈਂਦੀ ਸੀ ਮੈਂ ਅੱਛਾ ਤੇ ਮੈਂ ਲੈਂਦੀ ਜਿਸ ਟਾਈਮ ਮੈਂ ਸੀ ਪਠਾ ਦਾ ਬੰਦਾ ਠੀਕ ਪਾਇਆ ਤੇ ਮੇਰੇ ਕੋਲ ਮਾਸ਼ਾਅੱਲਾ 11 12 किलो 10 किलो देनी दी है 11 12 किलो मतलब 10 ਕਦਾ 10 ਕਦਾ 12 ਕਦਾ 10 اچھا ਮੈਨੂੰ ਇਹ ਗੱਲ ਸੋ ਵੀ ਇਹ ਨਸਲ ਕਿਹੜੀ ਹੈ ਮਾਸ਼ਾਅੱਲਾ ਜੀ ਇਹ ਉਹ ਤਾਂ ਨੀਲੀ 라ਵੀ ਦੀ ਮੱਝ ਤੇ ਜੀ ਜੀ ਅੱਛਾ ਜੀ ਇਹ ਜਿਹੜੀ ਹੈ ਮਾਸ਼ਾਅੱਲਾ ਇਹ ਨੀਲੀ 라ਵੀ ਮੱਝ ਹੈ ਜਨਾਬ ਤੇ ਇਹ ਇਸ ਵੇਲੇ ਤੁਸੀਂ ਇਹ ਕਿਸ ਸਮਝਦੇ ਹੋ ਕਿ ਨੀਲੀ 라ਵੀ ਦੀ ਮੱਝ ਜਿਹੜੀ ਹੈ ਇਹ ਕਿਤਨੇ ਕੀ ਰਿ ਬਿਲ ਸਕਦੀ ਹੈ ਚੰਗੀ ਮੱਝ ਜਿਹੜੀ ਦੁੱਧ ਦੇਣੇ ਲਈ जनाबे पंजाब जी यही तकरीबन दे ए तैयार होई माज तकरीबन 2.5 लाख दी माज होनी है पंजाब जी यही ते ਸਾਡੇ ਏਰੀਆ ਤੇ ਠੀਕ ਹੈ ਨਿਜ਼ਾਮ ਮੈਸੇਮ ਹੈ 1.5 ਲੱਖ ਦੀ ਲਈ ਉਸ ਟਾਈਮ ਤਿੰਨ ਮਹੀਨੇ ਸਵਿਜਿਸਟਰਾ ਮੈਂ ਲੈ ਕੇ ਆਇਆ ਕਿਤਨਾ ਕਿਤਨਾ عرصਾ ਪਹਿਲਾਂ तकरीबन ਇਹ ਜਾਰੀ ਗਾਲ ਨੂੰ 5 ਮਹੀਨੇ ਸਵੀਏ 2 ਮਹੀਨੇ ਪਹਿਲਾਂ ਲੈ ਕੇ ਆਇਆ ਸੀ ਮੈਂ 1.5 ਲੱਖ ਦੀ ਅੱਛਾ ਤੇ ਮਾਸ਼ਾਅੱਲਾ ਬੜੀ ਸੀਲਸ ਹੋ ਮੱਝ ਹੈ ਜੀ ਤੇ ਅੱਜ ਕੱਲ ਤਸੱਲੀ ਬਹੁਤ ਜਾਨਵਰ ਹੈ ਜਿਹੜਾ ਬੜਾ ਮੁਸ਼ਕਲਾ ਨਾਲ ਮਿਲਣਾ ਉਹ ਗੱਲ ਤੁਸੀਂ ਠੀਕ ਹੈ ਇਹ ਨੀਲੀ 라ਵੀ ਮਾਸ਼ਾਅੱਲਾ ਏ ਜਿਹੜੀ ਇਹ ਕਿਹੜੀ ਨਸਲ ਹੈ ਇਹ ਜਨਾਬ ਸੰਭਲ ਆਸਾਨੀ ਪਹਾੜੀ ਨਸਲ ਹੈ ਕਿਸਮ ਦੀ ਪਹਾੜੀ ਨਸਲ ਜੀ ਜੀ ਤੇ ਮਾਹਲਾ ਬੜੀ ਨਸਲ ਹੈ ਜੀ ਇਹ ਇਹ ਇਸਰੀ ਅਸਲ ਮਾਰਕੀਟ ਪ੍ਰਾਈਸ ਕੀ ਹੈ ਸਾਡਾ ਸਾਡਾ ਕੋ ਨਾਜ਼ਰੀਨ ਕੋ ਇਸ ਤਰ੍ਹਾਂ ਨਹੀਂ ਮਾਝ ਲੈਣਾ ਇਹ ਪਹਾੜੀ ਨਸਲ ਹੈ ਤੇ ਇਹ ਇਸਰੀ ਮਤਲਬ ਕਿ ਇਹਦੀ ਮਾਰਕੀਟ ਪ੍ਰਾਈਸ ਅਸਲ ਕਿਤਨੀ ਹੈ ਇਹਨੂੰ ਅਸ 13 ਤਰੀਕ ਇਨਸ਼ਾਅੱਲਾ 7 ਮਹੀਨੇ ਹੋ ਜਾਣੇ ਤੇ ਜਿਸ ਟਾਈਮ ਇਹ ਤਿਆਰ ਹੋ ਗਈ ਮੈਂ ਇਹਦੀ ਡਿਮਾਂਡ ਇਨਸ਼ਾਅੱਲਾ 3 ਲੱਖ ਰੁਪਇਆ ਰੱਖਾਂ 3 ਲੱਖ ਰੁਪਇਆ ਦੀ ਡਿਮਾਂਡ ਰੱਖੋਗੇ ਨਹੀਂ ਤੁਸੀਂ ਮਤਲਬ ਜਦੋਂ ਤਿਆਰ ਹੋਗੇ ਤੁਸੀਂ ਐਸੀ ਸੇਲ ਕਰਨਾ ਇਨਸ਼ਾਅੱਲਾ ਜੇ ਤਿਆਰ ਹੋ ਗਏ ਤਾਂ ਸੇਲ ਕਰ ਇਨਸ਼ਾਅੱਲਾ ਉਮੀਦ ਆ ਕਿ ਤਕਰੀਬਨ ਇਹ ਮਜ 15 ਕਿਲੋ ਦੁੱਧ ਦੇ ਗੇ ਇਨਸ਼ਾਅੱਲਾ ਕਿਉਂਕਿ ਸਾਡੇ ਏਰੀਆ 'ਚ 10-12 ਕਿਲੋ ਦੁੱਧ ਬੜਾ ਦੁੱਧ ਹੁੰਦਾ ਹੈ 10-12 ਕਿਲੋ ਬੜਾ ਦੁੱਧ ਹੁੰਦਾ ਲੋਕ ਫਿਰ ਪਾਣੀ ਪਾਈਓ ਵਿੱਚ ਵਧਾਈਓ ਤੇ ਝੂਟ ਤੂੰ ਸਹੀ ਗੱਲ ਹੈ ਤੇ ਅਸੀਂ ਜਨਾਬ ਜ਼ੌਰ ਸਾਹਿਬ ਨੇ ਆਪਣਾ ਜਨਾਬ ਆਪਣਾ ਕੀਮਤੀ ਟਾਈਮ ਕੱਢਿਆ ਬਹੁਤ ਬਹੁਤ ਮਿਹਰਬਾਨੀ ਜ਼ੌਰ ਸਾਹਿਬ ਜੀ ਜੀ ਮਿਹਰਬਾਨੀ ਮਿਹਰਬਾਨੀ ਤੇ ਅਸੀਂ ਜਨਾਬ ਉਮੀਦ ਕਰਨੇ ਆ ਕਿ ਸਾਡੇ ਨਾਜ਼ਰੀਨ ਸਾਡੀ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਤੇ ਇਹ ਜਨਾਬ ਜ਼ੌਰ ਸਾਹਿਬ ਨੇ ਜਾਨਵਰ ਬੱਕਰੀਆਂ ਵਗੈਰਾ ਰੱਖੀਆਂ ਤੇ ਇਹ ਜਨਾਬ ਬੱਕਰੀਆਂ ਮੱਝਾਂ ਵਾਸਤੇ ਜਨਾਬ ਇਹਨਾਂ ਸ਼ੈੱਡ ਬਣਾਏ ਹੈ ਇਹ ਇਹ ਸ਼ੈੱਡ ਹੈ ਜਨਾਬ ਇਹ ਛਾਂ ਵਾਸਤੇ ਨਾ ਬਣਾਏ ਹੈ ਤੇ ਇਹ ਜਨਾਬ ਇਹਨਾਂ ਬੱਕਰੀਆਂ ਸ਼ਕਰੀਆਂ ਵੀ ਰੱਖੀਆਂ ਨੇ ਬਤਕਾਂ ਛਤਕਾਂ ਜਨਾਬ ਰੱਖੀਆਂ ਨੇ ਜ਼ੌਰ ਸਾਹਿਬ ਨੇ ਕਾਫੀ ਚੀਜ਼ਾਂ ਰੱਖੀਆਂ ਜਨਾਬ ਚੋਕੋਰਾ ਸ਼ਕੋਰਾ ਵੀ ਹੈਨ ਬੱਕਰੀਆਂ ਵੀ ਹੈਨ ਤੇ ਅਸੀਂ ਉਮੀਦ ਕਰਦੇ ਹਾਂ ਸਾਡੇ ਨਾਜ਼ਰੀਨ ਨੂੰ ਸਾਡੀ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਤੇ خدا حافظ